ਦੇਖੋ ਜੀ, ਇਹ ਜੋ ਪਿੰਡ ਦੇ ਰਿਹਾਇਸ਼ ਦੇ ਬਿਲਕੁਲ ਨਜ਼ਦੀਕ ਸ਼੍ਰੀ ਰਾਮ ਮਲਟੀ ਮੈਟਲ ਦੇ ਨਾਮ ਤੋਂ ਸਟੀਲ ਪਲਾਂਟ ਫਰਨਸ ਪਲਾਂਟ ਲੱਗ ਰਿਹਾ। ਅਸੀਂ ਇਹਦੇ ਬਾਰੇ ਮਾਣਯੋਗ ਡੀਸੀ ਸਾਹਿਬ ਫਤਿਹਗੜ੍ਹ ਸਾਹਿਬ ਨੂੰ ਅਸੀਂ ਮੈਮੋਰੈਂਡਮ ਦਿੱਤਾ ਸੀਗਾ ਨਵੰਬਰ ਦੇ ਵਿੱਚ, ਅਤੇ ਕਿ ਇਹ ਰਿਹਾਇਸ਼ ਦੇ ਵਿੱਚ ਲੱਗ ਰਿਹਾ ਅਤੇ ਇਹਦੇ 'ਤੇ ਰੋਕ ਲਗਾਈ ਜਾਵੇ। ਅਤੇ ਉਹਦੇ ਵਿੱਚ ਉਹਨਾਂ ਨੇ ਐਸ ਡੀ ਐਮ ਸਾਹਿਬ ਨੂੰ ਅੱਗੇ ਫਾਰਵਰਡ ਕੀਤਾ ਕਿ ਉਹਦੀ ਰਿਪੋਰਟ ਦਿੱਤੀ ਜਾਵੇ। ਅਤੇ ਐਸ ਡੀ ਐਮ ਮਾਣਯੋਗ ਐਸ ਡੀ ਐਮ ਸਾਹਿਬ ਨੇ ਇਹਦਾ ਦੌਰਾ ਕੀਤਾ ਇੱਥੇ ਪਿੰਡ ਦਾ, ਜਗ੍ਹਾ ਦਾ, ਅਤੇ ਮਿਣਤੀ ਕਰਵਾਈ। ਅਤੇ ਜੋ ਕਿ ਮਿਣਤੀ ਦੇ ਵਿੱਚ ਜੋ 15 ਪੱਕੇ ਘਰਾਂ ਤੋਂ ਜੋ ਮਿਣਤੀ ਹੈ ਉਹ ਮਹਿਜ 50 ਮੀਟਰ ਦੀ ਦੂਰੀ 'ਤੇ ਪਲਾਂਟ ਇਹ ਲੱਗ ਰਿਹਾ ਹੈ, ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਇਹ ਜੋ ਕਾਨੂੰਨ ਹੈ ਸਰਕਾਰ ਵੱਲੋਂ ਹੀ ਬਣਾਏ ਗਏ ਨੇ, ਅਤੇ ਉਹ ਸਾਡੇ, ਅਤੇ ਉਸ ਤੋਂ ਬਾਅਦ ਅਸੀਂ ਉਹਦੀ ਰਿਪੋਰਟ ਦੇਣੀ ਸੀਗੀ ਐਸ ਡੀ ਐਮ ਸਾਹਿਬ ਨੇ, ਜੋ ਕਿ ਅਸੀਂ ਉਹਨਾਂ ਨੂੰ ਕਈ ਵਾਰੀ ਬੇਨਤੀ ਕੀਤੀ ਐਸ ਡੀ ਐਮ ਸਾਹਿਬ ਨੇ, ਬਟ ਉਹ ਰਿਪੋਰਟ ਹਜੇ ਤੱਕ ਪਹੁੰਚੀ ਨਹੀਂ। ਅਤੇ ਬਾਵਜੂਦ ਇਸ ਦੇ ਅਸੀਂ ਫਿਰ ਵੀ ਕਈ ਵਾਰੀ ਅਸੀਂ ਦੁਬਾਰਾ ਵਿਜ਼ਿਟ ਕੀਤਾ ਡੀ ਸੀ ਸਾਹਿਬ ਦੇ ਆਫਿਸ 'ਚ, ਗੁਜ਼ਾਰਿਸ਼ ਕੀਤੀ, ਅਤੇ ਇਹਦਾ ਪਲਾਂਟ ਦਾ ਕੰਮ ਲਗਾਤਾਰ ਚੱਲ ਰਿਹਾ ਸੀ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਤੇ ਅਸੀਂ ਫਿਰ ਹੁਣ ਅੱਕ ਕੇ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ, ਅਤੇ ਉਹ ਸਾਡੇ ਕੋਲ ਰਿਪੋਰਟ ਹਜੇ ਤੱਕ ਪਹੁੰਚੀ ਹੈ ਨਹੀਂ। ਆਰ ਟੀ ਆਈ ਦੇ ਵਿੱਚ ਅਸੀਂ ਮੰਗੇ ਨੇ, ਆਰ ਟੀ ਆਈ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਕਾਲ ਨਹੀਂ ਕੀਤੀ, ਅਸੀਂ ਪਰਸਨਲੀ ਮਿਲੇ ਸੀਗੇ, ਵਿਜ਼ਿਟ ਕੀਤਾ, ਅਤੇ ਸਾਨੂੰ ਉੱਥੋਂ ਸਿਰਫ ਲਾਰਾ ਲੱਪਾ ਹੀ ਲੱਗਿਆ ਅਤੇ ਸਾਨੂੰ ਕੋਈ ਰਿਪੋਰਟ ਨਹੀਂ ਮਿਲੀ। ਮਿਣਤੀ ਚ ਉਸੇ ਟਾਈਮ ਐਸ ਡੀ ਐਮ ਕਹਿ ਰਹੇ ਸੀ ਗਲਤ ਹੋ ਰਿਹਾ, ਲੇਕਿਨ ਉਸਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ, ਕੰਮ ਚੱਲ ਰਿਹਾ, ਪ੍ਰੋਡਕਸ਼ਨ ਦੇ ਨੇੜੇ ਪਹੁੰਚ ਗਈ ਫੈਕਟਰੀ। ਜਿਹੜੇ ਲੈਟਰ ਸੀਗੇ ਮੈਮੋਰੈਂਡਮ, ਅਸੀਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪਟਿਆਲਾ ਉੱਥੇ ਵੀ ਅਸੀਂ ਬਾਏ ਹੈਂਡ ਅਸੀਂ ਰਿਸੀਵਿੰਗ ਲੈ ਕੇ ਆਏ ਹਾਂ, ਅਤੇ ਅਸੀਂ ਟਾਊਨ ਪਲੈਨਿੰਗ ਆਫਿਸਰ ਨੂੰ ਵੀ ਫਤਿਹਗੜ੍ਹ ਸਾਹਿਬ ਅਸੀਂ ਉਹਨਾਂ ਨੂੰ ਲੈਟਰ ਦਿੱਤਾ, ਅਸੀਂ ਐਨ ਜੀ ਟੀ ਨੂੰ ਵੀ ਅਸੀਂ ਰਜਿਸਟਰਡ ਲੈਟਰ ਪੋਸਟ ਕੀਤਾ, ਅਤੇ ਸੀ ਐਮ ਆਫਿਸ ਨੂੰ ਵੀ ਅਸੀਂ ਕਰ ਚੁੱਕੇ ਹਾਂ, ਅਤੇ ਜਿਹਦਾ ਕਿ ਫਿਲਹਾਲ ਸਾਨੂੰ ਕੋਈ ਜਵਾਬ ਨਹੀਂ ਆਇਆ, ਅਤੇ ਅਸੀਂ ਮਜਬੂਰਨ ਸਾਨੂੰ ਹਾਈ ਕੋਰਟ ਦਾ ਰੁੱਖ ਕਰਨਾ ਪਿਆ। ਅਤੇ ਸਾਨੂੰ ਇਹ ਪਾਰਟੀ ਵੱਲੋਂ ਸਾਨੂੰ ਲਗਾਤਾਰ ਆ ਰਿਹਾ ਕਿ ਤੁਸੀਂ ਕੁਛ ਨਹੀਂ ਕਰ ਸਕਦੇ, ਅਸੀਂ ਪਲਾਂਟ ਚਲਾਵਾਂਗੇ ਚਾਹੇ ਤੁਸੀਂ ਸੁਪਰੀਮ ਕੋਰਟ ਤੱਕ ਚਲੇ ਜਾਓ। ਅਤੇ ਸਾਨੂੰ ਹੁਣ ਪਿੰਡ ਵਾਸੀਆਂ ਨੂੰ ਤੁਸੀਂ ਦੇਖ ਸਕਦੇ ਹੋ, ਸਾਡੇ ਕੋਲ ਸਾਧਨਾਂ ਦੀ ਘਾਟ ਹੁੰਦੀ ਆ, ਅਸੀਂ ਕਿੱਡੇ ਅਦਾਰੇ ਨਾਲ ਲੜ ਨਹੀਂ ਸਕਦੇ ਜਿੱਥੇ ਇਹਨਾਂ ਦੀ ਕਰੋੜਾਂ ਦੀ ਇਨਵੈਸਟਮੈਂਟ ਹੈ, ਇਹ ਹਰ ਜਗ੍ਹਾ ਇਹ ਪੈਸੇ ਦਾ ਉਪਯੋਗ ਕਰਦੇ ਨੇ, ਇਹ ਪਾਵਰ ਇਹਨਾਂ ਕੋਲ, ਅਤੇ ਇਹ ਸਾਨੂੰ ਸ਼ਰੇਆਮ ਚੈਲੰਜ ਕਰ ਰਹੇ ਨੇ ਕਿ ਤੁਸੀਂ ਜਿੱਥੇ ਮਰਜ਼ੀ ਜਾਓ ਅਸੀਂ ਪਲਾਂਟ ਚਲਾ ਕੇ ਤੁਹਾਨੂੰ ਦਿਖਾਵਾਂਗੇ। ਇਹ ਸਾਡੇ ਬਿਲਕੁਲ ਪਿੰਡ ਦੇ ਉੱਪਰ ਪਲਾਂਟ ਸਥਿਤ ਹੈ, ਅਤੇ ਸਾਡਾ ਰਹਿਣਾ ਔਖਾ ਹੋਇਆ। ਇਹ ਇੱਕ ਤਾਰਾਂ ਦੀ ਵਰਤੋਂ ਕਰਦੇ ਨੇ, ਜੋ ਕਿ ਸਕਰੈਪ ਨੂੰ ਜਦੋਂ ਮੈਲਟ ਕਰਦੇ ਨੇ ਟਾਇਰਾਂ ਦੀਆਂ ਤਾਰਾਂ ਨਿਕਲਦੀਆਂ ਨੇ, ਉਹ ਇਹੋ ਜਿਹੀ ਇੱਕ ਖਤਰਨਾਕ ਸਮੈਲ ਆਉਂਦੀ ਹੈ, ਤੁਸੀਂ ਮਹਿਸੂਸ ਕਰ ਸਕਦੇ ਹੋ ਇਸ ਟਾਈਮ ਵੀ ਕਿ ਆਪਾਂ ਨੂੰ ਕਿਵੇਂ ਦੀ ਸਮੈਲ ਇੱਥੇ ਹਵਾ ਦੇ ਵਿੱਚ ਘੁੰਮ ਰਹੀ ਹੈ। ਅਤੇ ਸਾਡੇ ਇੱਥੇ ਪਿੰਡ ਦੇ ਵਿੱਚ ਕੋਈ ਬੰਦਾ ਕੱਪੜੇ ਨਹੀਂ ਸੁੱਕਣੇ ਪਾ ਸਕਦਾ, ਬਾਹਰ ਕੱਪੜੇ ਕਾਲੇ ਹੋ ਜਾਂਦੇ ਨੇ, ਮਤਲਬ ਬਹੁਤ ਦੁਸ਼ਵਾਰੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਸਾਡੇ ਪਿੰਡ ਨੂੰ ਹੋਰ ਜਿੰਨੇ ਵੀ ਪਿੰਡ ਨੇ ਜਿਹਦੇ ਨਜ਼ਦੀਕ ਇੰਡਸਟਰੀ ਹੈ, ਅਤੇ ਸਕਿਨ ਦੀਆਂ ਪ੍ਰੋਬਲਮਸ, ਅਸਥਮੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਫੈਲੀ ਹੋਈ ਹੈ। ਜਦੋਂ ਜਿਵੇਂ ਹੁਣ ਇਹ ਜ਼ਮੀਨ ਵੀ ਤਾਂ ਕਿਸੇ ਤੋਂ ਇਹਨੇ ਖਰੀਦੀ ਹੋਈ ਹੈ ਜੀ, ਅਤੇ ਉਦੋਂ ਕਿਉਂ ਨਹੀਂ ਇਹ ਕਾਰਵਾਈ ਕੀਤੀ ਜਾਂਦੀ, ਰੋਕਦੇ ਵੀ ਹਾਂਜੀ ਤੁਸੀਂ ਇਹਨੂੰ ਦੇ ਨਹੀਂ ਸਕਦੇ, ਕਿਉਂਕਿ ਜਿਹੜੀ ਰਜਿਸਟਰੀ ਹੁੰਦੀ ਆ ਉਹ ਤਾਂ ਐਗਰੀਕਲਚਰ 'ਚ ਹੁੰਦੀ ਆ। ਹਾਂਜੀ, ਐਗਰੀਕਲਚਰ 'ਚ ਹੁੰਦੀ ਹੈ ਨਾ, ਫਿਰ ਉਸ ਤੋਂ ਬਾਅਦ ਜਦੋਂ ਇਹ ਸੀ ਐਲ ਯੂ ਲੈਂਦੇ ਨੇ ਜਾਂ ਹੋਰ ਕਰਦੇ ਨੇ, ਉਸ ਟਾਈਮ ਕਿਉਂ ਨਹੀਂ ਰੋਕਿਆ ਜਾਂਦਾ ਵੀ
ਤੁਸੀਂ ਇਹਨੂੰ ਸਿਰਫ ਖੇਤੀਬਾੜੀ ਦੀ ਵਰਤੋਂ ਤੋਂ ਇਲਾਵਾ ਕਿਤੇ ਨਹੀਂ ਯੂਜ਼ ਕਰਦੇ? ਦੇਖੋ ਜੀ, ਇਹਦੇ ਵਿੱਚ ਇਹ ਚੀਜ਼ ਡਿਪਾਰਟਮੈਂਟ ਨੇ ਦੇਖਣੀ ਹੈ, ਟਾਊਨ ਪਲੈਨਿੰਗ, ਡਿਸਟ੍ਰਿਕਟ ਟਾਊਨ ਪਲੈਨਿੰਗ ਡਿਪਾਰਟਮੈਂਟ ਇਹਦੇ ਲਈ ਬਣਿਆ। ਉਹਨਾਂ ਨੇ ਦੇਖਣਾ ਕਿ ਇਹ ਚੀਜ਼ ਇਹਨੂੰ ਆਪਾਂ ਪਰਮਿਸ਼ਨ ਦੇਣੀ ਹੈ ਜਾਂ ਨਹੀਂ ਦੇਣੀ, ਜਾਂ ਚੇਂਜ ਆਫ ਲੈਂਡ ਯੂਜ਼ ਕਰਨਾ ਜਾਂ ਨਹੀਂ ਕਰਨਾ। ਉਹ ਤਾਂ ਹੁਣ ਮਹਿਕਮੇ ਦੀ ਜ਼ਿੰਮੇਵਾਰੀ ਹੈ ਜੋ ਕਿ, ਤੇ ਸਾਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਸੀਗਾ ਕਿ ਇਹ ਜਿਹੜੀ ਜ਼ਮੀਨ ਹੈ ਇਹਦੇ ਵਿੱਚ ਇਹਨਾਂ ਨੇ ਗ੍ਰੀਨ ਜ਼ੋਨ ਬਣਾਉਣਾ ਹੈ ਤੇ ਇੱਥੇ ਦਰਖਤ ਲਗਾਉਣੇ ਨੇ। ਤੇ ਅਸੀਂ ਸੋਚਦੇ ਸੀ ਕਿ ਵਪਾਰੀ ਬੰਦਾ ਤਾਂ ਇੱਕ ਧੇਲੀ ਵੀ ਸੋਚ ਕੇ ਲਾਉਂਦਾ ਹੈ, ਤੇ ਇਹ 2-2.5 ਕਿੱਲੇ ਜ਼ਮੀਨ ਦੇ ਖਰੀਦ ਕੇ ਇੱਕ ਬਾਗ ਲਾਉਣ ਦੀ ਜਿਹੜੀ ਸਾਨੂੰ ਇੱਥੇ ਸਾਨੂੰ ਗੱਲ ਕਹਿ ਰਹੇ ਨੇ ਉਹ ਬਿਲਕੁਲ ਵੀ ਹਜ਼ਮ ਨਹੀਂ ਸੀ ਹੋ ਰਹੀ। ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਇੱਕ ਬੂਟਾ ਵੀ ਇੱਥੇ ਲੱਗਿਆ ਹੋਇਆ, ਇੱਕ ਦਰਖਤ ਵੀ ਲੱਗਿਆ ਹੋਇਆ ਦਿਖਾ ਸਕਦੇ ਹੋ ਜੇ ਹੈਗਾ। ਡਿਪਾਰਟਮੈਂਟ ਦੀਆਂ ਗਾਈਡਲਾਈਨਸ ਨੇ ਕਿ ਇੰਨਾ ਤੁਹਾਡੇ ਕੋਲ ਇੰਨੇ ਰੁੱਖ ਲੱਗੇ ਹੋਣੇ ਚਾਹੀਦੇ ਨੇ, ਉਹ ਸਿਰਫ ਕਾਗਜ਼ੀ ਗੱਲਾਂ ਨੇ। ਕੋਈ ਇੱਥੇ 33% ਦਰਖਤ ਹੋਣੇ ਚਾਹੀਦੇ ਨੇ, ਪਰ ਜੋ ਕਿ ਇੱਥੇ ਤੁਸੀਂ ਦੇਖ ਸਕਦੇ ਇੱਥੇ 5 ਦਰਖਤ ਵੀ ਇਹਨਾਂ ਦੇ ਪਲਾਂਟ ਦੇ ਵਿੱਚ ਨਹੀਂ ਹੋਣਗੇ।